ਗੁੱਡ ਮਾਰਨਿੰਗ ਟੀਮ ਸਿਕਨੋਮਿਕਸ ਮੈਂ ਡਾਕਟਰ ਕੁਲਵੀਰ ਅੱਜ 28 ਨਵੰਬਰ 2023 ਆਪ ਸਭ ਜੀ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਰੰਗਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਉਹਨਾਂ ਦੇ ਹੀ ਫਲਸਫੇ ਤੇ ਚੱਲਦੇ ਹੋਏ ਜੇ ਸਤਿਗੁਰ ਕਿਰਪਾ ਕਰਨਗੇ ਤਾਂ ਆਪਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲੇ ਇੱਕ ਮਹਾਨ ਜਿਹੜਾ ਗੁਰੂ ਵਾਕ ਹੈਗਾ ਸਿੱਖ ਕੌਮ ਦੇ ਲਈ ਅਸੀਂ ਉਸ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਸੋ ਗੱਲ ਕਰਦੇ ਆ 골ਡ ਦੀ 골ਡ ਹਾਇਰ ਹਾਈਰ ਹਾਇਰ ਲੋਸ ਬਣਾਉਂਦਾ ਹੋਇਆ ਇਸ ਵੇਲੇ ਬ੍ਰੇਕਆਊਟ ਦੇ ਚਾਂਸਸ ਨੇ 골ਡ ਦੇ ਤੁਸੀਂ ਦੇਖ ਸਕਦੇ ਹੋ ਇਹ 2018 ਜਿਹੜਾ ਹੈਗਾ 2018 ਇਹ ਪੁਆਇੰਟ ਹੈਗਾ ਜਿੱਥੇ 골ਡ ਬ੍ਰੇਕਆਊਟ ਦੀ ਕੋਸ਼ਿਸ਼ ਕਰੇਗਾ ਹੁਣ ਤੁਸੀਂ ਧਿਆਨ ਨਾਲ ਦੇਖੋ ਇਸ ਇੱਥੇ ਕੈਂਡਲਸਟਿਕਸ ਦੇ ਤੇ ਮਾਰਕੀਟ ਦੇ ਸਟਰਕਚਰ ਨੂੰ ਪ੍ਰਾਈਸ ਦੇ ਸਟਰਕਚਰ ਨੂੰ ਪ੍ਰਾਈਸ ਕਿਵੇਂ ਇੱਕ ਫਾਰਮੇਸ਼ਨ ਬਣਾ ਰਿਹਾ ਹੈ ਸੋ ਪ੍ਰਾਈਸ ਡਾਊਨ ਨਾ ਜਾਂਦਾ ਹੋਇਆ ਅਪਸਾਈਡ ਦੀ ਪੁਸ਼ ਕਰ ਰਿਹਾ ਹੈ ਬਟ ਉੱਤਰੋਂ ਵੀ ਜਿਹੜਾ ਉੱਪਰੋਂ ਵੀ ਬਹੁਤ ਇੱਕ ਵੱਡਾ ਪ੍ਰੈਸ਼ਰ ਹੈਗਾ ਹੈ ਬਾਇ ਦਾ ਸੈਲ ਦਾ ਲੇਕਿਨ ਪ੍ਰਾਈਸ ਕਿਸੇ ਨਾ ਕਿਸੇ ਕਾਰਨ ਆਪਣੀ ਪਾਵਰ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ ਉਹ 2000 ਦੇ ਉੱਤੋਂ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਓਕੇ ਸੋ ਤੁਸੀਂ ਦੇਖ ਸਕਦੇ ਹੋ ਕਿ ਲੋ ਇਹਨਾਂ ਆਪਣਾ ਬ੍ਰੇਕ ਨਹੀਂ ਕੀਤਾ ਸੋ ਇਹ 4 ਆਵਰਸ ਦੀ ਕੈਂਡਲ ਹੈਗੀ ਹੈ ਜੇ ਆਪਾਂ ਗੱਲ ਕਰਦੇ ਆਂ 골ਡ ਦੇ ਇਸ ਕੈਂਡਲ ਦੇ ਉੱਤੇ ਤਾਂ ਫਿਰ ਇਸ ਜਦੋਂ ਤੱਕ ਇਹ ਲੋ ਨਹੀਂ ਟੁੱਟਦਾ ਆਪਾਂ ਨੇ ਸੈਲ ਨਹੀਂ ਕਰਨਾ ਕਿਉਂਕਿ ਇੱਥੇ ਆ ਕੇ ਅਪਵਰਡ ਸਾਈਡ ਦਾ ਪ੍ਰੈਸ਼ਰ ਹੈਗਾ ਡਾਊਨ ਸਾਈਡ ਦੇ ਤੁਸੀਂ ਵਿਕਸ ਦੇਖ ਸਕਦੇ ਹੋ ਕਿਵੇਂ ਅਸੀਂ ਵਿਕਸ ਤੋਂ ਦੇਖ ਕੇ ਮਾਰਕੀਟ ਦੀ ਸਟਰਕਚਰ ਨੂੰ ਪਹਿਚਾਣਨਾ ਹੈ ਡਾਊਨਸਾਈਡ ਬਹੁਤ ਵਿਕਸ ਨੇ ਬਹੁਤ ਵੱਡੇ ਵੱਡੇ ਵਿਕਸ ਨੇ ਅਪਸਾਈਡ ਵੀ ਨੇ ਸੋ ਦਿਸ ਫੇਜ਼ ਇਜ਼ ਅ ਮਾਰਕੀਟ ਕੰਸੋਲਿਡੇਸ਼ਨ ਸੋ 2005 ਤੋਂ ਲੈ ਕੇ 2018 ਤੱਕ ਇਸ ਕੰਸੋਲਿਡੇਸ਼ਨ ਫੇਜ਼ ਓਵਰ ਹੈ ওকে ਸੋ ਬੀ ਕੇਅਰਫੁਲ ਇੱਥੋਂ ਸੈਲ ਕਰਨਾ ਰਿਸਕੀ ਹੈਗਾ ਇੱਥੋਂ ਬਾਏ ਕਰਨਾ ਵੀ ਰਿਸਕੀ ਹੈਗਾ ਓਕੇ ਸੋ ਮਾਰਕੀਟ ਨੂੰ ਤੁਸੀਂ ਇੱਥੇ ਆਣ ਦੋ ਕੈਂਡਲਸਟਿਕਸ ਦੇ ਫਾਰਮੇਸ਼ਨ ਦਾ ਵੇਟ ਕਰੋ ਜੇ ਇਨਗਲਫਿੰਗ ਜਾਂ ਕੋਈ ਇਨ ਹੈਮਰ ਬਣਦਾ ਹੈਗਾ ਸੋ ਯੂ ਕੈਨ ਗੋ ਫॉर ਅ ਬਾਏ ਕਿਉਂਕਿ ਇਹ ਸਪੋਰਟ ਹੈਗੀ ਹੈ ਜੇ ਇਹ ਟੁੱਟਦਾ ਹੈ ਓਕੇ ਬਾਏ ਇੱਥੋਂ ਇੰਜ ਬਣ ਸਕਦੀ ਹੈਗੀ ਆਪ ਸਾਈਡ ਲਈ ਤੋਂ ਸੈਲ ਜਿਹੜੀ ਹੈਗੀ ਉਹ ਇੰਜ ਬਣ ਸਕਦੀ ਜੇ ਇਹ ਟੁੱਟੇਗਾ ਨਹੀਂ ਛੇ ਰੀਟੈਸਟ ਕਰੇਗਾ ਸੋ ਯੂ ਕੈਨ ਗੋ ਫॉर ਅ ਸੈਲ ਐਜ ਪਰ 4 ਆਵਰ ਸੋ ਥਿਸ ਇਜ਼ ਅ ਸਟਰਕਚਰ ਸੋ 1 ਆਵਰ ਦੀ ਕਲ ਕਰਦੇ ਹਾਂ 1 ਆਵਰ ਦੇ ਵਿੱਚ ਜਿਵੇਂ ਕਿ 4 ਆਵਰਸ ਨੂੰ ਫੋਲੋ ਕਰਦੇ ਹੋਏ ਚਾਰ ਕੈਂਡਲੋਂ ਜ਼ਿਆਦਾ ਹੋਣਗੀਆਂ ਪਰ ਪਰ 4 ਆਵਰਸ ਦੀ ਕੈਂਡਲਸ ਓਕੇ 4 ਆਵਰਸ ਦੀ ਕੈਂਡਲਸ ਸੋ ਤੁਸੀਂ ਦੇਖ ਸਕਦੇ ਹੋ ਹਾਇਰ ਹਾਈ ਤੁਸੀਂ ਦੇਖ ਸਕਦੇ ਹੋ ਥਿਸ ਇਜ਼ ਅ ਡਿਮਾਂਡ ਜ਼ੋਨ ਸੋ ਥਿਸ ਇਜ਼ ਅ ਡਿਮਾਂਡ ਜ਼ੋਨ ਨਾਓ ਓਕੇ ਸੋ ਇਹ ਏਰੀਆ ਇਜ਼ ਇੰਪੋਰਟੈਂਟ ਏਰੀਆ ਇੱਥੇ ਡਬਲ ਬਾਟਮ ਵੀ ਬਣ ਸਕਦਾ ਹੈ ਪ੍ਰਾਈਸ ਆ ਕੇ ਹੋ ਸਕਦਾ ਪ੍ਰਾਈਸ ਇੱਥੋਂ ਹੀ ਸਵਿੰਗ ਕਰ ਜੇ ਸੋ ਗੋ ਫਾਰ ਅ ਬਾਏ ਫਰਮ ਹੇਅਰ ਇਫ ਬ੍ਰੇਕਿੰਗ ਡਾਊਨ ਵੇਟ ਫਾਰ ਬੀਰਿਸ਼ ਕੈਂਡਲ ਸਟਿਕਸ structure engulfing or shooting star so you can go for the sell so one hour 30 minutes di gal karde ha 30 minutes de vich uh, same uh, resistance level same hega itthe koi difference nahi hai that's mark this first for easy menu easy understanding this is the resistance zone so market is vele really consolidation phase de vich hai gi hai so don't buy or sell In the middle of this one sell from here or buy from here only so 15 minute sorry sell from here sell from two zero zero five and buy from buy above two zero one eight or you can buy from here if there is any candlestick structure so fifteen minute there is there's a stiff consolidation okay but the uh, market kissing higher highs higher lows higher highs higher lows देख सकते हो किमें मेनटेन रखने कामयाब हुई है सो फार सो इफ इट इज़ नॉट कमिंग डाउन सो यू कैन गो फॉर ए बाय दिस फ्रॉम हेयर और गो फॉर सेल फ्रॉम हेयर ओके सो फाइव मिनट्स देखते हैं पंद्रह मिनट आप देख लिया फाइव मिनट्स देखते हैं फाइव मिनट के बच्च सेम रजिस्टेंस लेवल हैगा मल्टीपल टाइम मल्टी टाइम कन्फ्लुएंस सो स्टैंडर्ड मार्केट स्ट्रक्चर Highs, high highs higher lows high highs higher lows so it the low tutya but uh, that's not a problem for this okay so wait for price to react sharply in this area you can go for buy and sell so guys so follow the checklist follow the rules be disciplined be rich saareyan nu waheguru ji ka khalsa waheguru ji ki fateh